ਬਾਬੇ ਗੁਰਪਾਲ ਸਿੰਘ ਦੇ ਪ੍ਰਵਚਨ ਨਾਲ ਸ਼ਹਾਦਤ ਦੇ ਪ੍ਰਸੰਗ ਨਾਲ ਜੁੜੇ ਹੋਏ ਸ਼ਹਾਦਤ ਦੇ ਕਨਸੈਪਟ ਨਾਲ ਜੁੜੇ ਹੋਏ ਉਸ ਨੇ ਕਾਰਜਾਂ ਨੂੰ ਕਰਦਿਆਂ ਜੋ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਇੱਕ ਵਿਸ਼ੇਸ਼ ਬਾਣੀ ਦਾ ਰੂਪ ਅਲੌਣੀ ਪ੍ਰਦਾਨ ਕੀਤਾ ਹੈ ਉਸ ਵਿੱਚੋਂ ਜੋ ਸਾਡੇ ਗੁਰਮਤਿ ਸੰਗੀਤ ਦੀ ਕਥਾ ਦੇ ਅਨੁਸਾਰ ਪ੍ਰਾਪਤ ਕੀਤੀ ਹੈ ਸ਼ਹੀਦਾਂ ਦੇ ਪਰਥਾਏ ਜਿਸ ਲੌੜੀ ਦਾ ਗਾਇਨ ਅਕਸਰ ਕਰਿਆ ਕਰਦੇ ਸੀ ਉਸ ਲੌੜੀ ਦਾ ਗਾਇਨ ਮੈਂ ਆਪਣੇ ਪਿਤਾ ਜੀ ਕੋਲੋਂ ਗੁਰਦੁਆਰਾ ਸਿੰਘ ਫਤਿਹਗੜ੍ਹ ਸਾਹਿਬ ਦੇ ਪਾਵਨ ਸਥਾਨ ਉੱਤੇ ਜਦੋਂ ਅਸੀਂ ਸਾਹਿਬਜ਼ਾਦਿਆਂ ਦਾ ਵਿਵਾਹ ਲੈ ਕੇ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾਂਦੇ ਹਾਂ ਪਰ ਉੱਥੇ ਜਦੋਂ ਦੀਵਾਨ ਸੁਸ਼ੋਭਿਤ ਕੀਤਾ ਜਾਂਦਾ ਉਸ ਵੇਲੇ ਦੀ ਇਹ ਪਰੰਪਰਾ ਰਹੀ ਹੈ ਸ਼ਹੀਦਾਂ ਦੇ ਪ੍ਰਥਾਏ ਇਸ ਅਲੌੜੀ ਦਾ ਗਾਇਨ ਕਰਨ ਨੂੰ ਮੈਨੂੰ ਵੀ ਉਸ ਦੀ ਸਮਰਤੀ ਆਈ ਔਰ ਮੈਂ ਆਪਣੇ ਸਾਹਮਣੇ ਉਹ ਅਲੌੜੀ ਗਾਇਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹਾਂ ਜੋ ਹੋਏ ਮਰੇ
पिछले कुछ रोज को समूह गुरु करने प्रबंध करने वक्त गुरु साहबान में कती रंगा की लड़ी चलवाई से और उस स्थान के उत्ते भी इकती रंगा का उस कुछ रंगा का गायन किया सारे तरह की पड़ताल क्योंकि गुरमत सिंह साड़ी विरासत है गुरमत सिंह साड़ा सिखी का बहुत बड़ा सरमाया है पर उस उत्ते सानू सारे उसकी सुरक्षा संभाल गुरमत सिंह ने कार्य करना चाहिए ये शैली अलोप होती जा रही है गुरु साहब ने सानू शैली प्रदान की समा थोड़ा है और केवल चार पांच मिनट के लिए सारे की प्रताप का गायन करेंगे उसके बाद सारे सरकार योगी जी गौर साहब आप अपने प्रवचन में हाल करेंगे सारे मोहल्ला चौथा गुरु रामदास पातशाह जी का Thank you.
ਸਿੰਘ ਜੀ ਆਪ ਦੇ ਸਾਹਮਣੇ ਕੀਰਤਨ ਸ਼ਬਦ ਰੀਤ ਵਿੱਚ ਸਧਾਰਨ ਰੂਪ ਵਿੱਚ ਵੀ ਕੀਤਾ ਜਾ ਸਕਦਾ, ਪਰ ਤੁਹਾਡੇ ਵੱਲੋਂ ਸੁਭਰ ਸੰਗਤ ਦੇ ਸਾਹਮਣੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਗੁਰੂ ਘਰ ਦੀਆਂ ਉਹਨਾਂ ਸ਼ੈਲੀਆਂ ਦਾ ਗਾਇਨ ਕਰੀਏ ਜਿਹਨਾਂ ਨੂੰ ਬਹੁਤ ਘੱਟ ਅਪ੍ਰਚਲਿਤ ਗਾਇਆ ਜਾਂਦਾ, ਜਿਹਨਾਂ ਦਾ ਪਾਠ ਕਰਨਾ ਵੀ ਮੁਸ਼ਕਿਲ ਹੈ। ਗੌਰ ਸਾਹਿਬ ਉਸ ਸ਼ਬਦ ਨੂੰ ਬਖੂਬੀ ਬਾਦਸ਼ਾਹ ਸੀ, ਕਿਉਂਕਿ ਆਮ ਤੌਰ 'ਤੇ ਇਹਨਾਂ ਸ਼ਬਦਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਗਾਇਨ ਕੀਤਾ ਜਾਂਦਾ, ਨਾ ਹੀ ਪਾਠ ਦੀ ਸੰਖਿਆ ਤੋਂ ਬਿਨਾਂ ਵੀ ਪਾਠ ਕਰਨਾ ਸੰਭਵ ਨਹੀਂ ਹੈ। ਸੋ ਇਸ ਵਿਰਾਸਤ ਨੂੰ ਸੰਭਾਲਣਾ, ਸਰਪ੍ਰਸਤੀ ਦੇਣਾ ਤੁਹਾਡੇ ਸਾਰਿਆਂ ਦਾ ਫਰਜ਼ ਹੈ। ਪ੍ਰਮੰਤਕਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰਾਂ ਅਸੀਂ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀ ਦੇ ਵਿੱਚ, ਰਗਾਤਮਕ ਲੜੀ ਦੇ ਵਿੱਚ ਸਾਨੂੰ ਦੀ ਸੇਵਾ ਕਰਨ ਦਾ ਸੁਭਾਗ ਦਿੱਤਾ। ਹੁਣ ਭੁਲਾ ਚੁੱਕਾ ਵੀ ਕਿਵੇਂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।